আসসালামু আলাইকুম দোস্তো ਤੁਸੀਂ ਵੇਖ ਰਹੇ ਹੋ پاک ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ अब्दुल ওয়াক্ত দোস্তো 마শাআল্লাহ ਅੱਜ ਮੈਂ ਤੁਹਾਡੇ ਵਾਸਤੇ ਬਹੁਤ اچھی ਬਹੁਤ ਹੀ ਬਿਹਤਰੀਨ ਇਹ ਵੀਡੀਓ ਲੈ ਕੇ ਆਇਆ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਇਹ ਬੜੀ ਪਸੰਦ ਆਵੇਗੀ দোস্তো 마শাআল্লাহ ਇੱਥੇ ਪਲਾਟ ਨੇ ਇੱਥੇ ਆਪਾਂ 5 ਮਰਲੇ ਤੋਂ ਲੈ ਕੇ ਤੇ 10 ਮਰਲੇ ਤੱਕ ਇੱਥੇ ਆਪਾਂ ਪਲਾਟ ਲੈ ਸਕਦੇ ਆ ਇੰਤਖਾਈ ਕਮ ਕੀਮਤ ਦੇ ਵਿੱਚ ਇੰਤਹਾਈ ਮناسب ਕੀਮਤ ਦੇ ਵਿੱਚ ਜ਼ਿਲ੍ਹਾ 라ਵਲਪਿੰਡੀ ਤਖਸੀਲ ਗੁਜਰਤ ਖਾਨ ਮੈਨ ਪਿੰਡੀ ਚਕਵਾਲ ਰੋਡ ਤੋਂ ਸਿਰਫ 2 ਕਿਲੋਮੀਟਰ ਅੰਦਰ ਆ ਕੇ ਦੋਸਤੋ ਮੈਨ ਪਿੰਡੀ ਚਕਵਾਲ ਰੋਡ ਤੋਂ ਸਿਰਫ ਵੱਡੇ ਮੈਨ ਰੋਡ ਤੋਂ ਦੋਸਤੋ ਮੈਨ ਹਾਈਵੇ ਰੋਡ ਤੋਂ ਸਿਰਫ 2 ਕਿਲੋਮੀਟਰ ਅੰਦਰ ਆ ਕੇ ਇੱਥੇ 600 ਕਨਾਲ ਜਗ੍ਹਾ ਹੈ ਇੱਕ ਦੋਸਤ ਨੇ ਇੱਥੇ ਕਿ ਟਾਊਨ ਵਾਸਤੇ ਇੱਥੇ ਪਲਾਟ ਘਟਨਾ ਸ਼ੁਰੂ ਕੀਤੇ ਨੇ ਕਿ ਆਲਰੇਡੀ ਇੱਥੇ ਪਲਾਟ ਸੇਲ ਹੋ ਰਹੇ ਨੇ ਜਿਹੜਾ ਕਿ ਆਪਾਂ 5 ਮਰਲੇ ਤੋਂ ਲੈ ਕੇ ਤੇ 10 ਮਰਲੇ ਤੱਕ ਆਪਾਂ ਇੱਥੇ ਪਲਾਟ ਲੈ ਸਕਨੇ ਆ 5 ਮਰਲੇ ਦਾ 10 ਮਰਲੇ ਦਾ ਰਜਿਸਟਰੀ ਇੰਤਕਾਲशुदा ਕੰਪਿਊਟਰਾਈਜ਼ ਰਿਕਾਰਡ ਦੋਸਤੋ ਵੈਸੋ ਤਾਂ ਲਿੰਕ ਰੋਡ ਇੱਕ ਸਾਹਮਣੇ ਭਾਵਨ ਦੇ ਨਜ਼ਰ ਆ ਗਿਆ ਹੋਣਾ ਇਹ ਵੇਖੋ ਤੇ ਨਾਲ ਨਾਲ ਵੇਖੋ ਸਾਹਮਣੇ ਪੇਪਦੀਆਂ ਲੈਣਾ ਵਿਛੀਆਂ ਹੋਈਆਂ ਨੇ ਮਤਲਬ ਕਿ ਗੈਸ ਮੌਕੇ ਤੇ ਮੌਜੂਦ ਹੈ ਤੁਸੇ ਯਾਦ ਰੱਖਣਾ ਹੈ ਆ ਵੇਖੋ ਗੈਸ ਪੈਪ ਲਾਈਨ ਇਹ ਨਾਲ ਨਾਲ ਵਿਛੀ ਹੋਈ ਹੈ ਕਿ ਇਸ ਗੱਲ ਦੀ ਗਾਰੰਟੀ ਕਿ ਗੈਸ ਮੌਕੇ ਤੇ ਮੌਜੂਦ ਹੈ ਅਰ ਦੋਸਤੋ ਨੂੰ ਇੱਥੋਂ ਗੈਸ ਮੌਕੇ ਤੇ ਮਿਲੇਗਾ ਬਿਜਲੀ ਵੀ ਮੌਕੇ ਤੇ ਮਿਲੇਗੀ ਨੀਚਰਾ ਪਾਣੀ ਬਿਲਕੁਲ ਮਿੱਠਾ ਹੈ ਸ਼ਾਹ ਸਾਹਿਬ ਦਾ ਕਹਿਣਾ ਹੈ ਕਿ 60 ਫੁੱਟ ਤੋਂ ਬਾਅਦ ਨੀਚੇ ਮਿੱਠਾ ਪਾਣੀ ਆਿੰਦਾ ਹੈ ਇਹ ਨਾਲ ਹੀ ਪਾਣੀ ਵਾਸਤੇ ਡੈਮ ਵੀ ਬਣਿਆ ਹੋਇਆ ਇੱਥੇ ਕਿ ਆਪਾਂ ਨੂੰ ਹਰ ਚੀਜ਼ ਮੌਕੇ ਤੇ ਮਿਲਣੀ ਹੈ ਜਿਹੜੀ ਕਿ ਸਭ ਤੋਂ ਵੱਡਾ ਮਸਲਾ ਹੁੰਦਾ ਗੈਸ ਦਾ ਆਪਾਂ ਨੂੰ ਗੈਸ ਮੌਕੇ ਤੇ ਮਿਲਦੀ ਵੀ ਕਿਉਂਕਿ ਜ਼ਾਹਰ ਕਿ ਪਾਈ ਨੇ ਇੱਥੇ ਪਲਾਰ ਸੇਲ ਕਰਨੇ ਨੇ ਤਾਂ ਉਹਨਾਂ ਕੱਟਿਆ ਹੈ ਜ਼ਾਹਰ ਕਿ ਉਹਨੇ ਪਹਿਲੇ ਇੰਤਜ਼ਾਮ ਕੀਤਾ ਹੈ ਹਰ ਇੱਕ ਚੀਜ਼ ਦਾ ਦੋਸਤੋ ਇਸ ਜਲਾ ਰਾਉਂਡ ਪਿੰਡੀ ਤਹਿਸੀਲ ਗੁਜਰਖਾਨ ਮੇਨ ਰੋਡ ਤੋਂ ਸਿਰਫ 2 ਕਿਲੋਮੀਟਰ ਅੰਦਰ ਆ ਕੇ ਇਹ ਵੇਖੋ ਲਿੰਕ ਰੋਡ ਹੈ ਇਹ ਪੱਕਾ ਰਸਤਾ ਹੈ ਤੇ ਇਸ ਦੇ ਬਿਲਕੁਲ ਨਾਲ ਹੀ ਇਹ ਸ਼ਾਹ ਸਾਹਿਬ ਦੇ ਕਨ ਅਨੁਮਤਬਕ ਕਿ ਚੰਦ ਏਕੜ ਦਾ ਫਸਲਾ ਇੱਕ ਕਾਰਪਟ ਰੋਡ ਵੀ ਹੈਗਾ ਜੀ ਕਿ ਕਾਰਪਟ ਰੋਡ ਵੀ ਨਜ਼ਦੀਕ ਹੈਗਾ ਜੀ ਜਹੋਂਦਾ ਨਾ ਮੈਂ ਕਾਰਪਟ ਰੋਡ ਉਹ ਚੰਦ ਏਕੜ ਦਾ ਫਸਲਾ ਹੈ ਤੇ ਪੱਕੀ ਸੜਕ ਮੋਕੇ ਤੇ ਤੇ ਮੇਨ ਰੋਡ ਸਿਰਫ 2 ਕਿਲੋਮੀਟਰ ਸਫਰ ਸਫਰ ਤੇ ਇਹ ਵੇਖੋ ਇਹ ਸਾਨੂੰ ਆਪਾਂ ਜ਼ੂਮ ਕੀਤੀ ਆ ਨੇ ਸਾਹਸਾ ਵਖਾਦੇ ਪੈ ਨੇ ਇਹ ਦੋਸਤੋ ਕਾਰਪਟ ਰੋਡ ਹੈ ਵੱਡਾ ਕਾਰਪਟ ਰੋਡ ਜਿਹੜਾ ਕਿ ਚੰਦ ਏਕੜ ਫਸਲਾ ਹੈ ਤੇ ਮੋਕੇ ਤੱਕ ਪੱਕੀ ਆ ਰਹੀ ਹੈ ਤੇ ਮੇਨ ਰੋਡ ਸਿਰਫ 2 ਕਿਲੋਮੀਟਰ ਸਫਰ ਇਸ ਜਗਤੋਂ ਤੇ ਦੋਸਤੋ ਇਹ ਇਸੇ ਮੁਕੰਮਲ ਮਾਲੂਮਾਤ ਬਾਕੀ ਦੋਸਤੋ ਜਿਹੜੀ ਡਿਮਾਂਡ ਹੈਗੀ ਉਹ ਤੁਹਾਨੂੰ ਮੈਂ ਇਸ ਮੂਵੀ ਦੇ ਅੰਦਰ ਹੀ ਦੱਸ ਦਿਆਂਗਾ ਜੋ ਵੀ ਗੱਲ ਬਤਰੇਗੀ ਹੋਵੇ ਸਾਹਮਣੇ ਦੋਸਤਾਂ ਨੂੰ ਸ਼ਾਹ ਸਾਬ ਦਾ ਜਿਹੜਾ ਕਿ ਪਾਈ ਨੂੰ ਪਤਾ ਹੈ ਕਿ ਪਿੰਡੀ ਚਕਵਾਲ ਉਸ ਸਿਰ ਤੇ ਮਾਸ਼ਾਅੱਲਾ ਉਹ ਕੰਮ ਕਰਦੇ ਪਏ ਨੇ ਕਾਫੀ ਰਕਬੇ ਸੇਲ ਕਰਦੇ ਪਏ ਨੇ ਆਪਣੇ ਦੋਸਤ ਅਗੇ ਨੇ ਉਹਨਾਂ ਦਾ ਨੰਬਰ ਤੁਹਾਨੂੰ ਸਾਹਮਣੇ ਸਕਰੀਨ ਤੇ ਮਿਲ ਜਾਏਗਾ ભાઈ નૈયર અબ્દુલ શાહ સાહેબ ઓના ਦਾ WhatsApp નંબર ਐਂਡ ਕਾਲ ਨੰਬਰ ਤੁਸੀਂ ਇਸ ਨੰਬਰ ਤੇ WhatsApp ਤੇ ਮੈਸੇਜ ਵੀ ਕਰ ਸਕਦੇ ਜੀ ਕਾਲ ਵੀ ਕਰ ਸਕਦੇ ਜੀ તો દોસ્તો ਇਹਨਾਂ ਦੀ ਡਿਮਾਂਡ ਕੀਤੀ ਹੈ 5 ਮਰਲੇ ਦੀ દોસ્તો 5 ਮਰਲੇ ਦੀ ਡਿਮਾਂਡ ਹੈਗੀ ਇਹ 3.5 ਲੱਖ ਰੁਪਿਆ દોસ્તો 5 ਮਰਲੇ ਦੀ ਡਿਮਾਂਡ ਹੈਗੀ ਇਹ 3.5 ਲੱਖ ਰੁਪਿਆ ਇਸ ਆਪਨਲ ਮਰਲੇ ਦੇ ਕਿੰਨੇ ਪੈਸੇ ਬਣਦੇ ਪੈਨੇ ਉਹ ਵੀ ਪਰਵਾਂ ਨੂੰ ਸਾਹਮਣੇ ਥੰਮ ਮੇਲ ਤੇ ਨਜ਼ਰ ਆ ਕੇ ਹੋਣਗੇ ਕਿ ਅਗਰ ਆਪਾਂ 10 ਮਰਲੇ ਦਾ ਪਲਾਟ ਇੱਥੋਂ ਖਰੀਦਨੇ ਆ ਆਪਾਂ ਨੂੰ ਬਣੇਗਾ 7 ਲੱਖ ਦਾ 5 ਮਰਲੇ ਦਾ ਆਪਾਂ ਖਰੀਦਨੇ ਆ ਆਪਾਂ ਨੂੰ ਬਣੇਗਾ 3.5 ਲੱਖ ਦਾ ਤੇ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਬਾਕੀ ਜੋ ਵੀ ਗੱਲਬਾਤ ਰਹੇਗੀ ਹੋਵੇ ਪਰਵਾਂ ਨੂੰ ਸਾਹਮਣੇ ਸਕਰੀਨ ਤੇ ਨੰਬਰ ਨਜ਼ਰ ਆ ਗਿਆ ਹੋਣਾ ਹੈ ए नयर शाह साहब तुम उन्होंने रबता कर सकते जी माशाला उत्तर काम करते पेने तुम्हें तो मौके पर हर चीज़ क्लीयर देने तुम्हें तो मौके पर जाके रकबा दिखा तो दोस्तों इन शाला मिला अगली वीडियो से खुदा हाफिज़